मौलवी साहब जरा टाइम तो दसा है। हां मैं आप पदे सिया मन टाइम दा के पता। हेलो हेलो। हां ओरा मैंने तू बड़ा इंटेलिजेंट बने है एक गल दस। गल ले वे भईयो केड़ा महकमा जिद विच औरतां भर्ती नहीं हो सकदियां? ओ फायर ब्रिगेड। ओ किवें? क्योंकि औरत सिर्फ आग ला सकदी बुझा नहीं सकदी। वेख वड़े ते चढ़े सीने काट के आ रहे नहीं तक वड़े बनमाश। ओए असी शाहपुर वाले हां दिलां ते राज करदे हां। ओए असी गुशा वाले हां सन अपने तो घर ना समझी तुसी दिलां ते राज करदे हो असी गुर्दे ते फेफड़ियां ते राज करदे हां। यार तू सन जबानी दस दे बहुत ज्यादा लिखे हुए। चिकन बिरयानी है सर जी, काबली पुलाव है, मटन शनवारी है, मटन कढ़ाई है, वाइट कढ़ाई है, चिकन बिरयानी है। ये सारी चीजें बनाई ने जी, गोश्त कोई नहीं बनाया तुसा? दोस्त के बनाई तेरी स्पीड क्यों मट्ठी हो गई? और पिछले के नहीं खिला आज तक चलो बाकी काम हो रहा। हाँ? यार रात में शवरमा खा के आया तेन सारी रात नींदर नहीं आई। ओ क्यों? ओ इस वास्ते कि कदी शापर ही चट्टे होंगे ना। खैर ते ये दो सकी दे घबरे हो ना बुढ़िया, बाबे आदम दा नंबर नहीं मिल सकता। हाँ? खैर ते ये तन के जरूरत पै गई। मैं सिर्फ बाबे आदम ते ये पूछना मैं तेरी औलाद सारे चंगे कम तू कब कर लिया ते साड़ी जी सिर्फ मरुंडा ही बेचना रह गया। मौलवी साहब सरफ लाभ वैसी इत्थे बर्फ दी कोई नहीं लोड़ इत्थे नलकियां दा ठड्डा पानी उत्थों वाई के पी लै। मेरी एक गल सुनो। हां बंदा अपनी आई नाल मरदा लाइक ते फॉलो नाल नहीं मरदा। एक मिनट गल सुनो ना अब्बा जी, भई ये जेड़े हज करके आंदे ने उनन ता देन हाजी ते जेड़े हराम खांदे ने उनन के आखना चाहिदा उनन ना देन हरामी। आजकल बड़े नवे सज्जन बना लेनी वडेरे आ ध्यान बैड़े बैड़े यार बैड़ी लच्छो दे। हां और केड़े मेरे यार है ज्यों दा जम्मा तुसी कूमा मेरे मट्टे लगे हो। बुढ़िया ए मर्चा केड़े मौसम में लगदियां? हां जिस वेले कोई वीडियो वायरल हो वेंदी शरीकन नु बढ़िया मर्चा लगदियां। कोई खोता रंग कीता अगे दुखी आटे घ्यो दा उतो बिल्ला ने भी तंग कीता ओ तेरा भला होवे वे शबाजी साडा हां चा साड़े तेरा भला होवे वे शबाजी साडा हां चा साड़े ए गुरदेव चिके अपने ओ अस गुरदेव चिके अपने ओ बिल चा तार
ਮਾਰੇ ਆਈ ਤੇਰਾ ਭਲਾ ਹੋਵੇ ਵੇ ਸ਼ਬਾਦੀ ਉਹ ਸਾਡਾ ਹਾਂ ਚਾ ਸਾੜੇ ਆਈ ਅੱਟ ਗਿਓ ਤੋ ਆਸੇ ਤੰਗੇ ਤੂੰ ਸਮਾਗੀ ਕਰ ਲਈ ਖੰਡੇ ਤੂੰ ਅੱਥੇ ਹੋਵੇ ਅੱਲਾ ਰਾਜ਼ੀ ਉਹ ਸਾਡਾ ਹਾਂ ਚਾ ਸਾੜੇ ਆਈ ਤੇਰਾ ਭਲਾ ਹੋਵੇ ਵੇ ਸ਼ਬਾਦੀ ਸਾਡਾ ਹਾਂ ਚਾ ਸਾੜੇ ਆਈ ਅੱਲਾ ਦੇ ਨਾਂ ਤੇ ਦੇ ਬਾਬਾ ਕੋਈ ਸ਼ਾਮਨ ਹਾਂ ਆ ਬਜ਼ੁਰਗਾ ਕੇ ਵੇਖਦਾ ਵੇਖਦਾ ਤਾਂ ਮੈਂ ਇਹ ਪਿਆ ਬਨਾਲੇ ਤੁਸੀਂ ਪਿੰਦੇ ਪਏ ਹੋ ਤੇ ਉੱਠੋ ਬਦਮਾਸ਼ੀ ਬਾਬਾ ਮਾਫ ਕਰੋ ਨਾ ਕੀ ਨਹੀਂ ਤੇ ਨਾ ਦੂ ਮਾਫ ਕੋਈ ਨੂੰ ਕਰਨਾ ਦੋਸੇ ਕੀ ਗੱਲ ਹੈ ਕੀ ਟੁੱਟੇਂਦਾ ਬਦਾਂ ਮੈਂ ਬਿੱਲਾ ਟੁੱਟੇਂਦਾ ਬਦਾਂ ਪਰ ਤੇਰਾ ਤਾਂ ਕੁੱਤਾ ਉਸ ਕੁੱਤੇ ਦਾ ਨਾਂ ਹੀ ਤਾਂ ਬਿੱਲਾ ਇਸ਼ਕ ਵਿੱਚ ਨਾਕਾਮੀ ਤੋਂ ਬਾਅਦ ਇਨਸਾਨ ਨੂੰ ਕੀ ਕਰਨਾ ਚਾਹੀਦਾ ਇਹ ਮਰੁੰਡਾ ਵੀ ਦੇਣਾ ਚਾਹੀਦਾ ਹੋਰ ਕੀ ਹਾਂ ਕੀ ਗੱਲ ਏ ਖੈਰ ਤੇ ਹੁਣੇ ਆ ਕਾਨੂੰਨ ਦੇ ਤੇ ਬੜੇ ਲੰਮੇ ਆਉਂਦੇ ਹਨ ਤੁਹਾਡਾ ਤੇ ਸਿਰਫ ਡੇਢ ਦੀ ਜ਼ੋਰ ਏ ਹਾਂ ਖੈਰ ਤੇ ਹੀ ਆ ਕੀ ਗੱਲ ਏ ਮੈਂ ਤਾਂ ਸਮਝਾ ਪੁਲਿਸ ਬੜੀ ਸਖਤ ਹੁੰਦੀ ਇੱਦਾਂ ਤਾਂ ਕੰਮ ਢਿੱਲਾ ਹੀ ਏ ਦੋਸਾ ਗੁੱਡਿਆ ਕੋ ਥੋੜੀ ਰੌਣਕ ਨਾ ਬਣਾ ਲਈ ਆ ਕੋ ਸ਼ੇਰ ਸ਼ਾਇਰੀ ਹੋ ਵੰਜੇ ਸ਼ੇਰ ਮੈਂ ਸੁਣੈ ਨਾ ਲੇਕਿਨ ਦੂਆ ਫਿਕਰਾ ਤੁਸੀਂ ਆ ਮੁਕੰਮਲ ਕਰੇ ਸੋ ਬਾਈ ਤੇਰੀ ਦੀਦ ਨੂੰ ਅੱਖੀਆਂ ਸਿੱਕਦੀਆਂ ਇੱਕ ਵਾਰੀ ਆ ਕੇ ਮਿਲ ਲੋ 2.5 ਕਿਲੋ 2.5 ਕਿਲੋ 2.5 ਕਿਲੋ ਮੈਨੇ ਸ਼ੇਰ ਦਾ ਸਤਿਆਨਾਸ਼ ਚ ਕੀਤਾ ਹੀ ਤੇਰੇ ਨਾਲ ਹੀ ਮੁਕਦਾ ਮੈਂ ਚੱਲ ਹੁਣ ਤੂੰ ਸੁਣਾ ਇਹਦਾ ਜਵਾਬ ਮੈਂ ਤੈਨੂੰ ਦੇਣਾ ਤੇਰੀਆਂ ਮੇਰੀਆਂ ਸੰਗਤਾਂ ਵੇਖ ਕੇ ਜੱਜ ਤੇ ਪੈ ਗਏ ਰੋਲੇ ਓਲੇ 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 ਖੈਰ ਇਹ ਗੱਲਾਂ ਡਲ ਕੀਤੀ ਖਲਾ ਤੂੰ ਡਾਢਾ ਪਰੇਸ਼ਾਨ ਹੈ ਉਦੋਂ ਗੱਲਾਂ ਖਰਾਬ ਹੈ ਤੇ ਪਰੇਸ਼ਾਨ ਆ ਉੱਤੋਂ ਮਾਂ ਪਿਓ ਦੀਆਂ ਗੱਲਾਂ ਤੋਂ ਪਰੇਸ਼ਾਨ ਆ ਉਹ ਕਿਵੇਂ ਆ ਬਿਮਾਰ ਹੋਣ ਤਾਂ ਦਿਨ ਮੌਸਮ ਚੇਂਜ ਹੋ ਗਿਆ ਇਹ ਅਸੀਂ ਬਿਮਾਰ ਹੋਈ ਤਾਂ ਦਿਨ ਹੋਰ ਖਾ ਬਗੈਰ ਤਾਂ ਸਮੋਸੇ ਦੇ ਪਕੌੜੇ ਦੋਸਤ ਆ ਚੈੱਕਅਪ ਕਰਾਉਣ ਜੀ ਗਿਆ ਡਾਕਟਰ ਕੋਲ ਦੱਸ ਉਸ ਕੀ ਆਖਿਆ ਜੀ ਡਾਕਟਰ ਮਨ ਕੀ ਆਖਣਾ ਉਸ ਆਖਿਆ ਸਿਗਰਟ ਛੋੜ ਦੇ ਵਾਹ ਤੂੰ ਉਸ ਆਖਿਆ ਬਿਰਿਆਨੀ ਛੋੜ ਦੇ ਉਸ ਤੂੰ ਉਸ ਆਖਿਆ ਸਮੋਸੇ ਛੋੜ ਦੇ ਪਕੌੜੇ ਛੋੜ ਦੇ ਤੇ ਵਾਹ ਤੂੰ ਡਾਕਟਰ ਨੂੰ ਕੀ ਆਖਿਆ ਮੈਂ ਡਾਕਟਰ ਨੂੰ ਇਹ ਆਖਿਆ ਅਗਰ ਇਹਦਾ ਦੀ ਜ਼ਰੂਰਤ ਹੈ ਮੇਰੀ ਬਾਂਹ ਛੋੜ ਦੇ ਜਦਨ ਦਾ ਮੋਬਾਈਲ ਲੈ ਆਈ ਇਹਦੀ ਚੂਕ ਛੁੜੇਨਾ ਕਿ ਨਹੀਂ ਛੁੜੇਂਦਾ ਤੂੰ ਇਹਦੀ ਵੀ ਦੂਰ ਪੱਟੀ ਆਉਣਾ ਤੇ ਆਪਣੀ ਅੱਖੀਂ ਦੀ ਵੀ ਦੂਰ ਪੱਟੀ ਆਉਣਾ ਕਾਈ ਮਨ ਦਾ ਗੱਲ ਦੱਸ ਵਿੱਚ ਕੀ ਕਰਦਾ ਪਿਆ ਮੈਂ ਇਹਦੇ ਵਿੱਚ ਕੋਈ ਮਖਾਣੇ ਕੱਢ ਕੇ ਖਾਉਣੇ ਮੈਂ ਇਹਦੇ ਵਿੱਚ ਸਿਰਫ ਵਟਸਐਪ ਚੈੱਕ ਕਰੇਂਦਾ ਬੈਠਾ ਛੋਟੇ ਬੱਚੇ ਦੀ ਚੱਡੀ ਤੇ ਵਟਸਐਪ ਇਹ ਦੋਵੇਂ ਬਰਾਬਰ ਹਨ ਉਹ ਕਿਵੇਂ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਨਾ ਪਾਉਂਦਾ ਕੋਈ ਸ਼ੈ ਆਈ ਕਿ ਨਹੀਂ ਤੁਸੀਂ ਪੁਲਿਸ ਵਾਲੇ ਹੋ ਕਿਉਂ ਮੈਂ ਪੁਲਿਸ ਵਾਲਾ ਵਰਦੀ ਚਾਂ ਤੈਨੂੰ ਕੋਲ ਛੱਕ ਕੇ ਪਹਿਲੇ ਮੇਰੀ ਨਜ਼ਦੀਕ ਹੋ ਕੇ ਤੱਕਿਆ ਆਈ ਪਰ ਆਂ ਤੇ ਤੁਹਾਡੇ ਇਸ ਇਨਸਾਨ ਆ ਰਹੀ ਹੈ ਖੈਰ ਇਹ ਗੱਲਾਂ ਡਲ ਕੀਤੀ ਖਲਾ ਤੂੰ ਡਾਢਾ ਪਰੇਸ਼ਾਨ ਹੈ ਉਦੋਂ ਗੱਲਾਂ ਖਰਾਬ ਹੈ ਤੇ ਪਰੇਸ਼ਾਨ ਆ ਉੱਤੋਂ ਮਾਂ ਪਿਓ ਦੀਆਂ ਗੱਲਾਂ ਤੋਂ ਪਰੇਸ਼ਾਨ ਆ ਉਹ ਕਿਵੇਂ ਆ ਬਿਮਾਰ ਹੋਣ ਤਾਂ ਦਿਨ ਮੌਸਮ ਚੇਂਜ ਹੋ ਗਿਆ ਜੇ ਅਸੀਂ ਬਿਮਾਰ ਹੋਈ ਤਾਂ ਦਿਨ ਹੋਰ ਖਾ ਬਗੈਰ ਤਾਂ ਸਮੋਸੇ ਦੇ ਪਕੌੜੇ
ਦੋਸਤ ਆ ਚੈੱਕਅਪ ਕਰਾਉਣ ਜੀ ਗਿਆ ਡਾਕਟਰ ਕੋਲ ਦੱਸ ਉਸ ਕੀ ਆਖਿਆ ਜੀ ਡਾਕਟਰ ਮਨ ਕੀ ਆਖਣਾ ਉਸ ਆਖਿਆ ਸਿਗਰਟ ਛੋੜ ਦੇ ਵਾਹ ਤੂੰ ਆਖਿਆ ਬਿਰਿਆਨੀ ਛੋੜ ਦੇ ਉਹ ਤੂੰ ਆਖਿਆ ਸਮੋਸੇ ਛੋੜ ਦੇ ਪਕੌੜੇ ਛੋੜ ਦੇ मौलवी साहब लंडी कोतल वेख्यो ने मेरे को सिर्फ दो बोतलां फ्री होवे आ तो जरूर देवा ਜਦਨ ਦਾ ਮੋਬਾਈਲ ਲੈ ਆਈ ਇਹਦੀ ਚੂਕ ਛੁੜੇ ਨਾ ਕਿ ਨਹੀਂ ਛੁੜੇਂਦਾ ਤੂੰ ਇਹਦੀ ਵੀ ਦੂਰ ਪੱਟੀ ਜਾਣਾ ਤੇ ਆਪਣੀ ਅੱਖੀ ਦੀ ਵੀ ਦੂਰ ਪੱਟੀ ਜਾਣਾ ਕਾਈ ਮਨ ਦਾ ਗੱਲ ਦਾ ਵਿੱਚ ਕੀ ਕੱਢਦਾ ਪਿਆ ਮੈਂ ਇਹਦੇ ਵਿੱਚ ਕੋਈ ਮਖਾਣੇ ਕੱਢ ਕੇ ਖਾਉਣੇ ਮੈਂ ਇਹਦੇ ਵਿੱਚ ਸਿਰਫ ਵਟਸਐਪ ਚੈੱਕ ਕਰੇਂਦਾ ਬੈਠਾ ਛੋਟੇ ਬੱਚੇ ਦੀ ਚੱਡੀ ਤੇ ਵਟਸਐਪ ਇਹ ਦੋਵੇਂ ਬਰਾਬਰ ਹਨ ਉਹ ਕਿਵੇਂ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਨਾ ਪਉਂਦਾ ਕੋਈ ਸ਼ੈ ਆਈ ਕਿ ਨਹੀਂ ਦੋਸਤ ਆ ਜਾਨਵਰ ਦੇ ਹਸਪਤਾਲ ਗਿਆ ਤੇ ਵਾਪਸ ਵੱਲ ਆਇਆ ਉੱਤੇ ਯਾਰ ਰੌਲੇ ਤੇ ਤਮਾਸ਼ਾਨ ਵਾਪਸ ਹੀ ਵੱਲ ਆ ਕੇ ਉਹ ਕਿਵੇਂ ਉੱਥੇ ਇੱਕ ਕਲੇ ਡਿਸਟਰ ਹੁੰਦਾ ਨਾਲ ਮਾਲਿਕ ਦਾ ਨਾਲ ਇੱਕ ਛੁੜੇ ਨੇ ਅੱਗੋ ਜਾਨਵਰ ਦੀ ਬਿਮਾਰੀ ਲੈ ਛੁੜੇ ਨੇ ਉਹ ਕਿੰਜੋ ਕਿੰਜੋ ਨਾ ਹਾਜੀ ਰਿਆ ਬਿਮਾਰੀ ਦੁੰਮ ਮੇ ਸੂਜਨ ਤੁਸੀਂ ਪੁਲਿਸ ਵਾਲਿਓ ਕਿਉਂ ਮੈਂ ਪੁਲਿਸ ਵਾਲਾ ਵਰਦੀ ਚਾ ਤੈਨੂੰ ਕੋਲ ਸ਼ੱਕ ਕੇ ਪਹਿਲੇ ਵੇਰੀ ਨਜ਼ਦੀਕ ਹੋ ਕੇ ਤੱਕਿਆ ਆਈ ਪਰਾਂ ਤੇ ਤੁਹਾਡੇ ਹੱਥਾਂ ਚਾਨ ਆ ਰਹੀ ਹੈ ਇਹਦੇ ਕੰਮ ਵੇਖੀ ਨਹੀਂ ਉੱਤੇ ਦੇ ਸਿਰ ਤੇ ਬਲਬ ਲਵਾ ਕੇ ਆ ਬੜੇ ਹਾਂ ਉਹ ਕਿਉਂ ਹੋਰ ਕੇ ਸ਼ਰੀਕਾ ਨੂੰ ਸਾੜਨ ਵਾਸਤੇ ਮੈਂ ਵੀ ਮੋਟਰਸਾਈਕਲ ਨਵਾਂ ਕਢਾ ਲਿਆ ਮੌਲਵੀ ਸਾਹਿਬ ਹਾਲ ਦਿਓ ਮੇਰੇ ਕੋਲ ਮਾਲ ਕਿਦੋਂ ਆਇਆ ਮੈਂ ਆਪ ਬੜਾ ਗਰੀਬ ਆਦਮੀ ਆ ਚੜਿਆ ਆਓ ਜਿਹੜਾ ਰਾਜੂ ਨਾ ਬਰ ਸੁਕਾਤਲ ਹੋਇਆ ਉਹ ਆਈ ਫੌਤ ਹੋ ਗਈ ਮੇਰੇ ਦਿਲ ਆਇਆ ਬਰ ਜ਼ਿਆਦਾ ਤੇ ਮੈਂ ਦਿਲ ਦਾ ਮੈਨੂੰ ਕੋਈ ਕਸ਼ੀ ਕਰਨ ਲੇਕਿਨ ਮੈਂ ਆਪਣਾ ਪੀਰ ਬੜੀ ਜ਼ਿਆਦਾ ਹੁੰਦੀ ਗੁੱਡਿਆ ਦੋਸੇ ਦਾ ਤਾਂ ਪੋਸਟਰ ਨਹੀਂ ਲੱਗ ਹੈ ਵੇਖ ਵਾ ਤੂੰ ਤਸਵੀਰ ਬਣਾਉਣ ਵਾਲੇ ਵੀ ਅਖੀਰ ਨਹੀਂ ਕਰ ਛੋੜੀ ਵਾਕਿਆ ਹੀ ਲੱਗਦਾ ਤਾਂ ਇੰਝ ਪਿਆ ਨਾ ਬੁੱਕ ਓਰਿਜਨਲ ਤਸਵੀਰ ਖਾਲੀ ਹੋਈ ਗੁੱਡਿਆ ਸੁਣਿਆ ਬੜੀ ਸ਼ਹਿਰੋ ਸ਼ਾਇਰੀ ਕਰੇ ਨਾ ਅੱਜ ਦੋਸੇ ਦੀ ਤਸਵੀਰ ਤੇ ਕੋਈ ਸ਼ਹਿਰੋ ਸ਼ਾਇਰੀ ਸੁਣਾ ਦੇ ਇਹਦੀ ਤਸਵੀਰ ਵੇਖ ਕੇ ਯਾਰ ਮੇਰੇ ਆਪਣੇ ਅੰਦਰੋਂ ਵੀ ਨਾ ਇੰਝ ਸ਼ੇਰ ਬਾਹਰ ਆਉਂਦਾ ਪਿਆ ਮੇਰਾ ਦਿਲ ਹੀ ਮੈਨੂੰ ਇਹ ਜੜਾ ਨਾ ਚੱਲ ਵਾ ਸ਼ੁਰੂ ਕਰ ਜ਼ਰਾ ਤਸਵੀਰ ਚੋਂ ਨਿਕਲ ਕੇ ਬਾਹਰ ਆ ਮੈਂ ਤੇਰਾ ਬੂਥ ਚਾਟ ਨਾਲ ਪਟ ਗਿਨਾ ਵੇ ਤੂੰ ਏ ਬੇਵਫਾ ਤੇ ਨਾਲੇ ਬੇਹਯਾ ਮੈਂ ਤੇਰਾ ਬੂਥ ਚਾਟ ਨਾਲ ਪਟ ਗਿਨਾ ਦੋਸਤ ਅੱਜ ਤਾਂ ਪੈਦਲ ਹੀ ਹੈਲਮਟ ਪਾਈ ਵੇਦਾ ਇਹ ਕੋਈ ਜ਼ਰੂਰੀ ਹੈ ਮੋਟਰਸਾਈਕਲ ਤੇ ਬਹਿਣਾ ਹੀ ਐਕਸੀਡੈਂਟ ਹੋ ਸਕਦਾ ਉਂਝ ਵੀ ਤਾਂ ਗੱਡੀ ਵਾਜ ਸਕਦੀ ਹੈ ਹੈਲੋ ਹੈਲੋ ਉਹ ਲਗਾ ਮੈਂ ਕੋ ਤੇਰੇ ਨਾਲ ਖੂੜ ਮਾਰਿਆ ਮੁਲਕ ਬਣੇਂਦਾ ਹੀ ਖੱਬੇ ਹੱਥੇ ਗੜੀ ਇਹ ਬੱਦੀ ਵਧਾਈ ਸੱਜੇ ਹੱਥੇ ਤੂੰ ਖੱਬੇ ਸੱਜੇ ਦੀ ਰੱਟ ਲਾਈ ਹੋਈ ਏ ਇਸ ਰਿਜ਼ਕ ਨੂੰ ਪਤਾ ਨਹੀਂ ਟਾਈਮ ਵੇਖਣਾ ਵੀ ਆਉਂਦਾ ਕਿ ਨਹੀਂ ਇਹਨੂੰ ਦੱਸ ਦੋਸੇ ਬਾ ਟਾਈਮ ਕੀ ਹੋਇਆ ਟਾਈਮ ਕੀ ਹੋਣਾ ਇੱਕ ਵਜ ਕੇ ਤੇ 65 ਮਿੰਟ ਹੋਇਆ